ਜੇ ਕੁਛ ਲੋਚੇ ਮਨ ਵਿੱਚ ਸਜਣਾ ਉਦਮ ਕਰੀ ਜ਼ਰੂਰ ਉਦਮ ਬਿਨ ਹੱਥ ਸਖਣੇ ਉਦਮ ਥੀ ਭਰਪੂਰ ਉਦਮੀ ਲੋਕ ਆਪਣੀ ਮਿਹਨਤ ਨਾਲ ਕਾਮਯਾਬੀ ਦੀਆਂ ਮਿਸਾਲਾਂ ਬਣਾਉਂਦੇ ਹਨ ਉਦਮ ਕਰਨ ਵਾਲਿਆਂ ਤੇ ਕਾਮਯਾਬੀ ਦੀਆਂ ਮਿਸਾਲਾਂ ਬਣਾਉਣ ਵਾਲਿਆਂ ਦੀ ਹੀ ਕਹਾਣੀ ਬਿਆਨ ਕਰਦਾ ਹੈ ਪ੍ਰੋਗਰਾਮ ਮੇਰੀ ਕਹਾਣੀ ਮੇਰੀ ਜ਼ੁਬਾਨੀ ਐਸੇ ਲੜੀ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਰਦਾਰ ਅਜੀਤ ਸਿੰਘ ਗਿੱਲ ਹੋਰਾਂ ਦੀ ਜੋ ਪਿੰਡ ਮਨਸੂਰਵਾਲ ਕਲਾਂ ਡਿਸਟ੍ਰਿਕਟ ਫਿਰੋਜ਼ਪੁਰ ਤੋਂ ਆਪਣੀ PSC ਦੀ ਪੜ੍ਹਾਈ ਕਰ ਸੰਨ 1977 ਵਿੱਚ ਅਮਰੀਕਾ ਪਹੁੰਚੇ ਕੜੀ ਮਿਹਨਤ ਤੇ ਲਗਨ ਦੇ ਨਾਲ ਕੰਮ ਕਰ ਅੱਜ ਬਿਜ਼ਨਸ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਆਓ ਜਾਣਦੇ ਹਾਂ ਸਰਦਾਰ ਅਜੀਤ ਸਿੰਘ ਗਿੱਲ ਹੋਰਾਂ ਦੇ ਬਿਜ਼ਨਸ ਬਾਰੇ ਇਹ ਜੇ ਹੈਗਾ ਕਰਦਰ ਕੈਲੀਫੋਰਨੀਆ ਇਹ ਵੈਸੇ ਤਾਂ ਕੰਪਲੀਟ ਤਾਂ ਮੈਂ ਪਿਛਲੇ ਸਾਲ ਹੀ ਕੀਤੀ ਆ ਇਜ਼ ਓਨਲੀ 1 ਈਅਰ ਪਰ ਆਈ ਓਨ ਦਿਸ ਪ੍ਰੋਪਰਟੀ ਸਿੰਸ 2006 ਵੇਖੋ ਜੀ ਇਸ ਲੋਕੇਸ਼ਨ 'ਤੇ ਤਾਂ ਮੇਰੇ ਕੋਲ 100 acres ਆ ਜਿਹਦੇ ਵਿੱਚੋਂ ਓਨਲੀ 5 acres ਇਜ਼ ਕਮਰਸ਼ੀਅਲ ਰੈਸਟ ਆਫ ਐਗਰੀਕਲਚਰ ਅਤੇ ਜਿਹੜੇ ਕਿ ਜਿਹੜਾ ਵੀ ਉਹ ਹਾਈਵੇ ਦੇ ਨਾਲ ਡਿਵਾਈਡ ਵੀ ਹੋਇਆ ਦੋਵੇਂ ਪਾਸੇ ਆ ਹਾਈਵੇ ਦੇ ਸੋ ਬੀਇੰਗ ਇਨ ਦਿਸ ਸਟੋਰ ਬਿਜ਼ਨਸ ਸੋ ਆਈ ਚੂਜ਼ ਦਿਸ ਲੋਕੇਸ਼ਨ as a business location for the business then as well as farming around here so 2006 de vich main choose kiti si te jehde ke onu main pichle saal hi bana sakya pehla store jehda siga main liya si 1987 de vich even though I was working I have a big jobs but I want to do something my own so jehda pehla store main khareedya si 87 ਦੇ ਵਿੱਚ 1 store ਇਨ ਦਿਸ ਸਿਟੀ ਆਫ ਫਰੈਜ਼ਨੋ ਦੈਨ ਆਈ ਗਾਨ ਅਪ ਟੂ 12-13 ਸਟੋਰਸ ਐਂਡ ਦਿਸ ਇਜ਼ ਮਾਈ ਸਟੋਰ ਨੰਬਰ 15 ਬਟ ਆਈ ਇਸ ਬਿਜ਼ਨਸ ਦੇ ਵਿੱਚ ਹੋਣ ਨਾਲ ਮੈਨੂੰ ਪਤਾ ਸੀ ਕਿ ਮੈਂ ਕਿਹੜੀ ਲੋਕੇਸ਼ਨ ਚੂਜ਼ ਕਰਨੀ ਹੈ ਮੈਂ ਕਿੱਡਾ ਬਣਾਉਣਾ ਸੋ ਇਸ ਕਰਕੇ ਆਈ ਸਟਾਰਟ ਕੀਪ ਔਨ ਲੀਜ਼ਿੰਗ ਦੀ ਅਦਰ ਸਟੋਰਸ ਐਂਡ ਤੁਹਾਡੀ ਏਜ ਦਾ ਵੀ ਫੈਕਟਰ ਹੋ ਜਾਂਦਾ ਜੀ ਵੀ ਤੁਸੀਂ ਹੁਣ ਸੈਟਲ ਡਾਊਨ ਇੱਕ ਥਾਂ ਹੋਣਾ ਦੈਟਸ ਵਾਈ ਦੈਟਸ ਮਾਈ ਡ੍ਰੀਮ ਖੇਤਾਂ ਦੇ ਪੁੱਤ ਕਿਸਾਨੀ ਖੂਨ ਵਿੱਚ ਲੈ ਕੇ ਹੀ ਜੰਮਦੇ ਨੇ ਸਰਦਾਰ ਅਜੀਤ ਸਿੰਘ ਗਿੱਲ ਹੋਰਾਂ ਦਾ ਅਮਰੀਕਾ ਆ ਕੇ ਵੀ ਖੇਤੀ ਨਾਲ ਮੋਹ ਘੱਟ ਨਹੀਂ ਹੋਇਆ ਸਾਡਾ ਅਗਲਾ ਸਵਾਲ ਵੀ ਇਹੀ ਸੀ ਕਿ ਆਪਣਾ ਵਿਦੇਸ਼ੀ ਧਰਤੀ 'ਤੇ ਫਾਰਮਿੰਗ ਦਾ ਤਜੁਰਬਾ ਸਾਂਝਾ ਕਰੋ ਵੇਖੋ ਜੀ ਅਸੀਂ ਮੈਂ ਉੱਥੇ ਪੈਦਾ ਹੋਇਆ ਜਿੱਥੇ ਤੁਹਾਡਾ ਨਿਰਪਾ ਅਤੇ ਸਾਰਾ ਕੁਛ ਰੁਜ਼ਗਾਰ ਜਿਹੜੀ ਸੀ ਉਹ ਐਗਰੀਕਲਚਰ ਹੀ ਸੀਗੀ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਮੋਗੇ ਦੇ ਨੇੜੇ ਆ ਮੇਰਾ ਪਰ ਡਿਸਟ੍ਰਿਕਟ ਫਿਰੋਜ਼ਪੁਰ ਆ ਤਾਂ ਜ਼ੀਰੇ ਦੇ ਕੋਲ ਆ ਮੈਂ ਅਤੇ ਉੱਥੇ ਵੀ ਫਾਰਮਿੰਗ ਹੀ ਕੀਤੀ ਆ ਅਤੇ ਐਜੂਕੇਸ਼ਨ ਵੀ ਲਈ ਆ ਅਤੇ ਮੈਂ ਇਹ ਵੀ ਸਮਝਦਾ ਕਿ ਉਹ ਆਪਦੇ ਆਪ ਨੂੰ ਜੱਟ ਨਹੀਂ ਕਹਾ ਸਕਦਾ ਕਿ ਜੇ ਉਹਦੇ ਕੋਲ ਜੇ ਉਹ ਫਾਰਮਿੰਗ ਨਹੀਂ ਕਰਦਾ ਤਾਂ ਹਾਂਜੀ ਇੱਕ ਵੈਲ ਐਜੂਕੇਟਿਡ ਪਰਸਨੈਲਿਟੀ ਸਕਸੈਸਫੁਲ ਬਿਜ਼ਨਸਮੈਨ ਅਤੇ ਮਿਹਨਤੀ ਫਾਰਮਰ ਨੂੰ ਸਾਡਾ ਅਗਲਾ ਸਵਾਲ ਸੀ ਕਿ ਅਮਰੀਕਾ ਦੇ ਪੋਲੀਟੀਕਲ ਅਤੇ ਇਕੋਨੋਮਿਕਲ ਸਟਰਕਚਰ ਦਾ ਬਿਜ਼ਨਸ 'ਤੇ ਕੀ ਇਫੈਕਟ ਹੈ ਅਤੇ ਉਹਨਾਂ ਅਨੁਸਾਰ ਨਵੇਂ ਇਮੀਗ੍ਰੈਂਟਸ ਲਈ ਬਿਜ਼ਨਸ ਦੀਆਂ ਕੀ ਓਪਰਚੁਨਿਟੀਜ਼ ਨੇ ਵੇਖੋ ਜਦੋਂ ਤੁਸੀਂ ਕਿਸੇ ਤਰ੍ਹਾਂ ਦਾ ਵੀ ਇਸਟੈਬਲਿਸ਼ਮੈਂਟ ਕਰਦੇ ਹਾਂ ਤੁਹਾਡੀ ਹਰ ਇੱਕ ਚੀਜ਼ ਜਿਹੜੇ ਕੰਟਰੀ 'ਚ ਹੁੰਦੇ ਆ ਉਹਦੀਆਂ ਚੀਜ਼ਾਂ ਅਫੈਕਟ ਕਰਦੀਆਂ ਉਹਨਾਂ ਦੇ ਮੁਤਾਬਕ ਹੀ ਤੁਹਾਨੂੰ ਸਾਰਾ ਕੁਝ ਬਣਾਉਣਾ ਪੈਂਦਾ ਕਰਨਾ ਪੈਂਦਾ ਸਮਝਣਾ ਪੈਂਦਾ ਅਤੇ ਪੋਲੀਟੀਕਲ ਉਹ ਤਾਂ ਵੀ ਤੁਸੀਂ ਕਿਸ ਤਰ੍ਹਾਂ ਦੇ ਬਿਜ਼ਨਸ ਖੋਲ੍ਹਣੇ ਆ ਕੀ ਉਹਨਾਂ ਦੇ ਬੈਨੀਫਿਟ ਆ ਕੀ ਤੁਸੀਂ ਕ੍ਰੈਡਿਟ ਲੈ ਸਕਦੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਖੋਲ੍ਹਣਾ ਚਾਹੀਦਾ ਸੋ ਵਟ ਆਰ ਦੇ ਨੀਡਸ ਇਨ ਦੈਟ ਏਰੀਆ ਸੋ ਵਟ ਯੂ ਕੈਨ ਗੈਟ ਈਜ਼ੀ ਤੁਹਾਨੂੰ ਕਿੱਥੋਂ ਹੈਲਪ ਮਿਲ ਸਕਦੀ ਆ ਅਫੈਕਟ ਤਾਂ ਹਰ ਇੱਕ ਚੀਜ਼ ਕਰਦੀ ਆ ਫਿਰ ਤੁਹਾਡੀ ਆਪਦੀ ਐਬਿਲਿਟੀ ਵੀ ਹੁੰਦੀ ਹੈ ਤੁਸੀਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਤੁਹਾਡੀ ਪਿਛਲੀ ਬੈਕਗਰਾਊਂਡ ਵੀ ਹੁੰਦੀ ਆ ਕਿਉਂਕਿ ਮੇਰੀ ਬੈਕਗਰਾਊਂਡ ਤਾਂ ਫਾਰਮਰਾਂ ਨਾਲ ਹੀ ਸੀਗੀ ਆਈ ਐਮ ਜਨਰੇਸ਼ਨ ਆਫ ਫਾਰਮਰਸ ਬਟ ਬੀਇੰਗ ਐਜੂਕੇਟਡ ਇਨ ਦੈਟ BSc ਸੋ ਆਈ ਹੈਵ ਏ ਆਪਸ਼ਨ ਟੂ ਅਡਾਪਟ ਏ ਜੋਬਸ ਆਲਸੋ ਇਨ ਦੈਟ ਫੀਲਡ ਵਿਚ ਇਜ਼ ਫਰਟੀਲਾਈਜ਼ਰ ਫੀਲਡ ਐਂਡ ਵੀ ਵਾਜ਼ ਮੈਨੂਫੈਕਚਰਿੰਗ ਆਲ ਕਾਇੰਡ ਐਸਿਡ ਫਰਟੀਲਾਈਜ਼ਰ ਮੈਨੂਫੈਕਚਰਿੰਗ ਦੇ ਵਿੱਚ ਇਸ ਬੇਸ 'ਤੇ ਅਪਰਚੁਨਿਟੀ ਮਿਲੀ ਅਤੇ ਉਹਦੇ ਨਾਲ ਤੁਹਾਨੂੰ ਹੋਰ ਆਪਦਾ ਗਿਆਨ ਮਿਲਦਾ ਜਿਹੜੀ ਡਿਮਾਂਡ ਆ ਜਿਹੜੀ ਇਕਾਨਮੀ ਤੁਹਾਨੂੰ ਚੀਜ਼ ਮੰਗਦੀ ਆ ਤੁਸੀਂ ਉਹ ਹੀ ਅਡਾਪਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਫਾਰਮਿੰਗ ਇਜ਼ ਬਾਈ ਬਰਥ
ਅਤੇ ਜਿਹੜੇ ਹੋਰ ਬਿਜ਼ਨਸ ਆ ਇਜ਼ ਬਾਈ ਦੀ ਇਕਾਨਮੀ। ਵੇਖੋ ਜੋ ਸਾਡਾ ਤਜਰਬਾ ਹੈਗਾ ਯੂ ਐੱਸ ਦੀ ਇਕਾਨਮੀ ਹੁਣ ਤੱਕ ਇੱਕ ਸਾਈਕਲ ਦੇ ਵਿੱਚ ਚੱਲੀ ਆ। ਓਕੇ, ਕਦੇ ਇੱਥੇ ਘਰਾਂ ਦਾ ਡਾਊਨਫਾਲ ਆਇਆ, ਕਦੇ ਉਹਨੇ ਚੜ੍ਹਾਈ ਹੋਈ ਆ, ਕਦੇ ਖੇਤਾਂ ਦਾ ਡਾਊਨਫਾਲ ਆਇਆ, ਉਹਨਾਂ ਦੀ ਚੜ੍ਹਾਈ ਹੋਈ ਆ। ਸੋ ਇਸ ਡਾਊਨਫਾਲ ਆਉਂਦੇ ਰਹਿੰਦੇ ਅਤੇ ਬਣਦੇ ਰਹਿੰਦੇ ਆ। ਸੋ ਬਟ ਯੂ ਹੈਵ ਟੂ ਵਾਚ ਕਿ ਤੁਹਾਡੀ ਸਕਸੈਸ ਤਾਂ ਇਹੋ ਹੀ ਆ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਮੈਨੇਜ ਕਰਨਾ ਕਿ ਤੁਸੀਂ ਉਹ ਡਾਊਨਫਾਲ ਵਾਲੀ ਉਸ ਚੱਕਰ ਦੇ ਵਿੱਚ ਨਾ ਫਸ ਜਾਓ। ਸੰਗਾਂ ਤੁਹਾਡੇ ਕੋਲ ਇਸ ਤਰ੍ਹਾਂ ਤਿਆਰ ਹੋਣਾ ਚਾਹੀਦਾ ਕਿ ਜਦੋਂ ਡਾਊਨਫਾਲ ਲੋਕਾਂ ਦਾ ਹੁੰਦਾ ਤਾਂ ਉਦੋਂ ਤੁਸੀਂ ਕੁਛ ਬਣਾ ਸਕੋ। ਐਡਵਾਂਟੇਜ ਤਾਂ ਅੱਜ ਬਹੁਤ ਜ਼ਿਆਦਾ ਚੇਂਜ ਹੋ ਗਈ ਆ। ਜਿਹੜੀ ਅੱਜ ਤੁਹਾਨੂੰ ਇੱਥੇ ਹੈਲਪ ਅਤੇ ਐਡਵਾਂਟੇਜ ਮਿਲ ਰਹੇ ਆ, ਇਹ ਅੱਜ ਤੋਂ 60-70 ਸਾਲ ਪਹਿਲਾਂ ਨਹੀਂ ਸੀਗੇ। ਯੂ ਹੈਵ ਨਥਿੰਗ, ਯੂ ਹੈਵ ਟੂ ਸਟਾਰਟ ਫਰੋਮ ਦਾ ਸਕਰੈਚ। ਅਤੇ ਹੁਣ ਅਸੀਂ ਸਾਡੀ ਕਮਿਊਨਿਟੀ ਇੱਥੇ ਇੰਨੀ ਡਿਵੈਲਪ ਹੋ ਗਈ ਆ ਅਤੇ ਐਵਰੀ ਬਿਜ਼ਨਸ ਦੇ ਵਿੱਚ ਡਿਵੈਲਪ ਹੋ ਗਈ ਆ। ਸਾਡੇ ਵਾਸਤੇ ਜਿਹੜੀ ਹੈਲਪ ਮਿਲਣੀ ਉਹ ਬੜੀ ਸੌਖੀ ਹੋ ਗਈ ਆ। ਉਹ ਅਸੀਂ ਬੜੀ ਛੇਤੀ ਕਾਮਯਾਬ ਹੋ ਜਾਂਦੇ ਹਾਂ। ਅਤੇ ਅੱਗੇ ਕਿਤੇ ਵੀ ਤੁਸੀਂ ਤਰੱਕੀ ਕਰਨੀ ਜਾਂ ਜੋ ਕੁਛ ਕਰਨੀ ਆ, ਇਹ ਪਰਮਾਤਮਾ ਦੀ ਕਿਰਪਾ ਅਤੇ ਤੁਹਾਡੀ ਹਾਰਡ ਵਰਕ, ਨੌਲੇਜ, ਐਵਰੀਥਿੰਗ ਕਾਊਂਟਸ। ਇਟਸ ਵਨ ਆਫ ਦੈਮ ਇਜ਼ ਮਿਸਿੰਗ, ਯੂ ਕੈਨ ਮੇਕ ਇਟ। ਕੈਲੀਫੋਰਨੀਆ ਵਿੱਚ ਕਿਸ ਤਰ੍ਹਾਂ ਦੀਆਂ ਬਿਜ਼ਨਸ ਓਪਰਚੁਨਿਟੀਜ਼ ਤੁਸੀਂ ਵੇਖੀਆਂ? ਓਪਰਚੁਨਿਟੀਆਂ ਤਾਂ ਇਹ ਤਾਂ ਤੁਹਾਨੂੰ ਇਕਾਨਮੀ ਦੱਸਦੀ ਆ ਜੀ। ਜਿਵੇਂ ਹੁਣੇ ਕਰੋਨਾ ਹੋ ਕੇ ਹਟਿਆ, ਇਹਦੇ ਸਾਈਡ ਇਫੈਕਟ ਤਾਂ ਹੋਣੇ ਹੋਣੇ ਆ। ਇਹ ਕਿੰਨਾ ਕੁ ਚਿਰ ਤੁਹਾਨੂੰ ਆਕਸੀਜਨ 'ਤੇ ਜਾਂ ਤੁਹਾਨੂੰ ਇਹ ਗਰਾਂਟਾਂ, ਆਕਸੀਜਨ ਦਾ ਮਤਲਬ ਵੀ ਤੁਹਾਨੂੰ ਗੌਰਮੈਂਟ ਹੈਲਪ ਦੇ ਕੇ ਜਾਂ ਲੋਨ ਲੈ ਕੇ ਤੁਸੀਂ ਇਸ ਤਰ੍ਹਾਂ ਕਰੋਗੇ? ਅਖੀਰ ਤਾਂ ਤੁਹਾਨੂੰ ਕੰਮ ਕਰਕੇ ਹੀ ਆਪਦਾ ਗੁਜ਼ਾਰਾ ਕਰਨਾ ਪੈਣਾ। ਸੋ ਇਹਦੇ ਵਿੱਚੋਂ ਕਈ ਓਪਰਚੁਨਿਟੀਆਂ ਨਿਕਲਣੀਆਂ, ਆਉਣੀਆਂ, ਹਮੇਸ਼ਾ ਹੀ ਐਵੇਂ ਆਉਂਦੀਆਂ ਰਹੀਆਂ। ਅਤੇ ਬਟ ਇਫ ਯੂ ਆਰ ਹਾਰਡ ਵਰਕਰ, ਇਫ ਯੂ ਆਰ ਸੈਂਸਿਟਿਵ, ਇਫ ਯੂ ਸਕਸੈਸ ਇਜ਼ ਆਲਵੇਜ਼ ਅਰਾਊਂਡ ਯੂ। ਕਾਮਯਾਬ ਹੋਣ ਵਾਲੇ ਹੀ ਦੱਸ ਸਕਦੇ ਨੇ ਸਫਲਤਾ ਦੇ ਨੁਕਤੇ। ਅਸੀਂ ਵੀ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਸਕਸੈਸ ਦਾ ਸੀਕਰੇਟ ਕੀ ਹੈ। ਨੰਬਰ 1, ਫੇਥ ਇਨ ਗਾਡ, ਕਿ ਤੁਸੀਂ ਆਪਦਾ ਕੰਮ ਕਰੀ ਜਾਂਦੇ ਆ, ਫਲ ਦੇਣਾ ਉਹਦਾ ਕੰਮ ਹੈ, ਅਤੇ ਉਹਦੇ 'ਚ ਯਕੀਨ ਰੱਖੋ ਕਿ ਤੁਹਾਨੂੰ ਫਲ ਮਿਲੂਗਾ। ਨੰਬਰ 2, ਤੁਹਾਡਾ ਹਾਰਡ ਵਰਕ ਐਂਡ ਐਜੂਕੇਸ਼ਨ, ਐਂਡ ਯੂ ਮੈਨੇਜ ਹਾਓ ਯੂ ਮੈਨੇਜ ਯੂਅਰ ਬਿਜ਼ਨਸ। ਹਾਂਜੀ, ਇਸ ਕਰਕੇ ਪਰਮਾਤਮਾ ਦੀ ਕਿਰਪਾ ਅਤੇ ਤੁਹਾਡਾ ਹਾਰਡ ਵਰਕ, ਐਵਰੀਥਿੰਗ ਕਾਊਂਟ। ਸਾਡੇ ਕੋਲ ਇਹ ਵੀ ਆਪਦੀ ਚੋਇਸ ਨਹੀਂ ਸੀ ਅਸੀਂ ਕਿਹੜੇ ਘਰ ਜੰਮਣਾ, ਕਿੱਥੇ ਜੰਮਣਾ, ਕਿਉਂ ਜੰਮਣਾ, ਇਹ ਪਰਮਾਤਮਾ ਦੀ ਗੱਲ ਆ। ਪਰ ਜਦੋਂ ਤੁਸੀਂ ਮਾੜੇ ਵੱਲ ਵੇਖ ਕੇ, ਆਪਦੇ ਘੱਟ ਵਾਲੇ ਵੇਖ ਕੇ, ਜੇ ਤੁਹਾਡੀਆਂ ਦੋ ਲੱਤਾਂ ਅਤੇ ਜੇ ਤੁਸੀਂ ਇੱਕ ਲੱਤ ਵਾਲੇ ਵੱਲ ਵੇਖੋਗੇ, ਇਹ ਵੀ ਗੁਜ਼ਾਰਾ ਕਰਦਾ ਤਾਂ ਮੈਂ ਤਾਂ ਕਈ ਗੁਣਾ ਚੰਗਾ ਇਹਦੇ ਨਾਲ। ਜੇ ਇੱਕ ਅੱਖਾਂ ਵਾਲੇ ਵੇਖੋਗੇ ਤਾਂ ਕਹੇਗਾ ਮੇਰੀਆਂ ਦੋ ਦਿੱਤੀਆਂ ਅਤੇ ਮੈਂ ਤਾਂ ਇਹਨੂੰ ਕਈ ਗੁਣਾ ਚੰਗਾ। ਸੋ ਯੂਅਰ ਸੈਲਫ ਕੰਫੀਡੈਂਸ ਐਂਡ ਪੋਜ਼ਿਟਿਵ ਥਿੰਕਿੰਗ, ਇਹ ਕੈਨ ਯੂ ਕੈਨ ਡੂ ਐਨੀਥਿੰਗ। ਸਰਦਾਰ ਅਜੀਤ ਸਿੰਘ ਗਿੱਲ ਹੋਰਾਂ ਦੀਆਂ ਗੱਲਾਂ ਦੀ ਸਾਦਗੀ ਡੂੰਘਾ ਅਸਰ ਰੱਖ ਰਹੀ ਸੀ। ਉਸੇ ਸਾਦਗੀ ਨਾਲ ਉਹਨਾਂ ਨੇ ਸਾਨੂੰ ਆਪਣੇ ਖੇਤਾਂ ਦੀ ਸੈਰ ਕਰਾਈ ਅਤੇ ਆਪਣੇ ਕਿਸਾਨੀ ਰੂਪ ਦੇ ਦਰਸ਼ਨ ਵੀ ਕਰਾਏ। ਦਿਸ ਰੈਂਚ ਇਜ਼ ਇਨ ਫਰੈਜ਼ਨੋ ਕਾਊਂਟੀ, ਇਨ ਸੋ ਇਜ਼ ਇਨ ਫਰੈਜ਼ਨੋ ਏਰੀਆ, ਇਜ਼ ਅ ਸਾਊਥ ਆਫ ਫਰੈਜ਼ਨੋ, ਕਲੋਜ਼ ਟੂ ਦੀ ਹਾਈਵੇ 41. Most properties I bought, location. So this is in the Fresno County, almonds. ਇਹ ਬੇੜਾ ਵੇ ਆ, ਇਹ ਆਲਮੰਡਸ ਆ, ਇਹ ਦੋ ਵਰਾਇਟੀਆਂ ਦੇ ਵਿੱਚ, ਨੌਨ ਪਰਲ ਅਤੇ ਮੌਨਰੇ। ਉਹ ਅਸੀਂ ਪੋਲੀਨੇਸ਼ਨ ਵਾਸਤੇ ਅਤੇ ਡਿਫਰੈਂਟ ਟਾਈਮ ਕਰਨ ਵਾਸਤੇ ਲਾਉਂਦੇ ਹਾਂ। ਅਤੇ ਦਿਸ ਇਜ਼ ਦ ਫੋਰਥ ਈਅਰ, ਇਟ ਟੇਕਸ 4 years ਟੂ ਬਰਿੰਗ ਟੂ ਦੈਟ ਟੂ ਪ੍ਰੋਡਕਸ਼ਨ। ਜਦੋਂ ਉਹ ਅਮਰੀਕਾ ਦੀ ਧਰਤੀ 'ਤੇ ਆਪਣੇ ਖੇਤੀ ਤਜੁਰਬੇ ਸਾਡੇ ਨਾਲ ਸਾਂਝੇ ਕਰ ਰਹੇ ਸਨ ਤਾਂ ਸਾਡੀ ਜਿਗਿਆਸਾ ਹੋਈ ਇਹ ਜਾਣਨ ਦੀ ਕਿ ਉਹਨਾਂ ਬਦਾਮਾਂ ਦੀ ਖੇਤੀ ਹੀ ਕਿਉਂ ਚੁਣੀ। ਇਕਾਨਮੀ ਡਿਕਟੇਟਸ, ਓਕੇ, ਪ੍ਰਾਈਸ ਡਿਕਟੇਟਸ, ਇਹੋ ਤਾਂ ਸਾਡੇ ਕੋਲ ਓਪਰਚੁਨਿਟੀ ਕਈ ਵਾਰੀ ਇਹ ਲਈ ਦੀ ਜਾਂ ਸੋਚੀਦਾ ਕਿ ਜਿਹੜੇ ਹਰ ਇੱਕ ਫਾਰਮਰ ਇਹੋ ਸੋਚਦਾ ਕਿ ਜਿਹੜੇ ਉਹ ਮੈਂ ਫਸਲ ਲਗਾਵਾਂ ਅਤੇ ਜਿਹਦੇ ਵਿੱਚ ਮੇਰਾ ਟੱਬਰ ਦਾ ਗੁਜ਼ਾਰਾ ਹੋਵੇ ਅਤੇ ਮੈਨੂੰ ਕਿਸੇ ਮੇਰੇ ਹੱਥ ਨਾਲ ਡਾਣਾ ਪਵੇ, ਅਤੇ ਮੈਂ ਉਹ ਫਸਲ ਲਗਾਵਾਂ ਜਿਹਦੇ 'ਚ ਮੈਂ ਡਿਪੈਂਡ ਕਰ ਸਕਦਾ। ਅਤੇ ਇਸ ਕਰਕੇ
ਗਰੇਪ ਹੁੰਦੇ ਸੀ ਮੇਰੇ ਕੋਲ, ਉਹਨਾਂ ਦੀ ਪ੍ਰਾਈਸ ਥੱਲੇ ਡੇ ਪਈ, ਇਕਾਨਮੀ ਨੇ ਉਹਦੇ 'ਚੋਂ ਸਾਨੂੰ ਪੁਸ਼ ਆਊਟ ਕਰਕੇ ਇਹ ਬਦਾਮਾਂ ਵੱਲ ਹੋ ਗਏ। ਸ਼ਾਇਦ ਦੋ ਤਿੰਨ ਰੀਜਨ ਆ ਬਦਾਮਾਂ ਵੱਲ ਹੋਣ ਦੇ, ਐਵਰੀਥਿੰਗ ਇਜ਼ ਮੋਰ ਮਕੈਨੀਕਲ ਅਤੇ ਲੈਸ ਕਾਸਟ, ਲੇਬਰ ਪ੍ਰੋਬਲਮ ਆਲ, ਯੂ ਹੈਵ ਟੂ ਥਿੰਕ ਇਨ ਦਾ ਫਿਊਚਰ ਕਿ ਇਹ ਕਿਵੇਂ ਕਿਵੇਂ ਮੈਂ ਆਪਦਾ ਪ੍ਰੋਫਿਟ ਵਧਾ ਸਕਦਾ, ਮਕੈਨੀਕਲ ਕਰਕੇ ਕਰ ਸਕਦਾ ਜਾਂ ਜਿਹਦੀ ਪ੍ਰਾਈਸ ਜ਼ਿਆਦਾ ਉਹ ਮੈਂ ਕਰ ਸਕਦਾ। ਅਤੇ ਇਹ ਤੁਸੀਂ ਤਾਂ ਹੀ ਕਰ ਸਕਦੇ ਹਾਂ ਇੱਥੇ ਅਮੈਰੀਕਾ ਦੇ ਵਿੱਚ ਅਤੇ ਸ਼ਾਇਦ ਇੰਡੀਆ ਦੇ ਵਿੱਚ ਵੀ, ਜਾਂ ਤਾਂ ਤੁਹਾਡੇ ਪੈਸੇ ਸੇਵ ਕੀਤੇ ਹੋਣ ਇੰਨੇ, ਅਤੇ ਜਾਂ ਤੁਸੀਂ ਆਲਵੇਜ਼ ਹੈਵਿੰਗ ਸਮ ਸਾਈਡ ਬਿਜ਼ਨਸਿਸ ਲਾਈਕ ਆਈ ਗਾਟ 4 ਡਿਫਰੈਂਟ ਸਾਈਡ ਬਿਜ਼ਨਸਿਸ, ਸੋ ਵਟ ਐਵਰ ਵੇਅਰ ਐਵਰ ਨੀਡ ਦੈਟਸ ਆਈ ਸਪੈਂਡ ਦ ਮਨੀ। ਹਾਂਜੀ, ਇਹ ਬਦਾਮਾਂ ਦੀ ਖੇਤੀ ਵੱਲ ਅਸੀਂ ਕਿਉਂ ਹੋਏ ਹਾਂ, ਕਿਉਂਕਿ ਹਰ ਇੱਕ ਫਾਰਮਰ ਸੋਚਦਾ ਕਿ ਮੈਂ ਉਹ ਜਿਹੀ ਖੇਤੀ ਕਰਾਂ ਜਿਹਦੇ 'ਚ ਮੈਨੂੰ ਮੇਰੇ ਟੱਬਰ ਦਾ ਨਿਰਵਾਹ ਹੋ ਜਾਵੇ, ਅਤੇ ਦੂਜੀ ਅਸੀਂ ਖੇਤੀ ਵੀ ਲਿਮਿਟਡ ਹੁੰਦੀ ਆ, ਉਹ ਜਿਹੀ ਖੇਤੀ ਹੀ ਕਰ ਸਕਦੇ ਹਾਂ ਜਿਹੜੀ ਉਸ ਏਰੀਏ ਦੇ ਵਿੱਚ ਹੋ ਸਕਦੀ ਆ। ਜਿਵੇਂ ਇਹ ਕੈਲੀਫੋਰਨੀਆ ਨੂੰ ਤਾਂ ਤੁਸੀਂ ਬਾਗਾਂ ਦਾ ਹੀ ਕੈਲੀਫੋਰਨੀਆ ਕਹਿੰਦੇ ਆ, ਇੱਥੇ ਹਰ ਤਰ੍ਹਾਂ ਦਾ ਫਰੂਟ ਹੁੰਦਾ, ਪਰ ਕਿਉਂਕਿ ਇਹ ਜਿਹੜੀ ਦੂਜਾ ਮਤਲਬ ਇਹ ਹੁੰਦਾ ਕਿ ਅਸੀਂ ਹਰ ਇੱਕ ਖੇਤੀ ਨੂੰ ਬਦਾਮਾਂ ਨੂੰ ਮਕੈਨੀਕਲ ਕਰਨਾ ਚਾਹੁੰਦੇ ਹਾਂ, ਲੇਬਰ ਦੀ ਸ਼ੋਰਟੇਜ ਜਾਂ ਸਾਇੰਸ ਦੀ ਐਡਵਾਂਟੇਜ, ਨਿਊ ਟੈਕਨੋਲੋਜੀ ਦੇ ਵਿੱਚ ਅਸੀਂ ਕਿਵੇਂ ਇਹ ਕੰਮ ਕਰ ਸਕਦੇ ਹਾਂ, ਅਤੇ ਉਸ ਤਰ੍ਹਾਂ ਹੀ ਅਸੀਂ ਇਹ ਬੂਟੇ ਲਾਉਂਦੇ ਹਾਂ, ਉਸੇ ਤਰ੍ਹਾਂ ਹੀ ਅਸੀਂ ਇਹ ਡ੍ਰਿਪ ਸਿਸਟਮ ਲਾਉਂਦੇ ਹਾਂ ਤਾਂ ਕਿ ਪਾਣੀ ਦੀ ਵੀ ਸੇਵਿੰਗ ਕੀਤੀ ਜਾਵੇ, ਪਾਣੀ ਇਹ ਬੂਟਿਆਂ ਦੇ ਮੁੱਢ 'ਚ ਪਵੇ। ਪਰ ਦਿਸ ਦੇ ਲਾ ਕੇ ਕੈਪੀਟਲ ਇਨਵੈਸਟਮੈਂਟ ਹੁੰਦੀ ਆ, ਇਹਨੂੰ 3 ਤੋਂ 4 ਸਾਲ ਲੱਗ ਜਾਂਦੇ ਆ ਇਹਨਾਂ ਪ੍ਰੋਡਕਸ਼ਨ 'ਚ ਲਿਆਉਣ ਵਾਸਤੇ, ਉਹਨਾਂ 'ਚ ਤੁਹਾਨੂੰ ਇਹਨੂੰ ਪੱਟਣ ਤੋਂ ਲੈ ਕੇ ਉਗਾਉਣ ਤੋਂ ਲੈ ਕੇ ਇਹ ਕਾਫੀ ਖਰਚ ਕਰਨਾ ਪੈਂਦਾ। ਇਸ ਤੋਂ ਬਾਅਦ ਅਸੀਂ ਉਹਨਾਂ ਕੋਲੋਂ ਇਹ ਪੁੱਛਿਆ ਕਿ ਅਮੈਰੀਕਾ ਦੀ ਧਰਤੀ 'ਤੇ ਖੇਤੀ ਕਰਦੇ ਹੋਏ ਇੱਕ ਅਰਸਾ ਬੀਤਣ ਤੋਂ ਬਾਅਦ ਉਹ ਇੱਥੋਂ ਦੀ ਸਰਕਾਰ ਦੀਆਂ ਐਗਰੀਕਲਚਰ ਨੂੰ ਲੈ ਕੇ ਨੀਤੀਆਂ ਅਤੇ ਕਾਰਗੁਜ਼ਾਰੀ ਬਾਰੇ ਕੀ ਸੋਚਦੇ ਨੇ। ਐਗਰੀਕਲਚਰ ਦਾ ਰਾਜ ਤਾਂ ਇਹ ਆ ਜੀ, ਇੱਥੋਂ ਦੇ ਜਿਹੜੇ ਫਾਰਮਰ ਆ, ਨੰਬਰ 1 ਦੇ ਆਰ ਐਜੂਕੇਟਡ, ਦੇ ਆਰ ਦੇ ਆਲਵੇਜ਼ ਅਡਾਪਟ ਦੇ ਨਿਊ ਟੈਕਨੋਲੋਜੀ। ਆਫਕੋਰਸ ਇੰਡੀਆ ਦੇ ਵੀ ਬੜੇ ਐਜੂਕੇਟਡ ਆ, ਅੱਜ ਕੱਲ੍ਹ ਤਾਂ ਬੜੀ ਨਵੀਂ ਟੈਕਨੋਲੋਜੀ ਯੂਨੀਵਰਸਿਟੀਆਂ ਉੱਥੇ ਵੀ ਲਿਆਉਂਦੀਆਂ, ਪਰ ਮਾਰ ਅਸੀਂ ਉੱਥੋਂ ਖਾ ਜਾਂਦੇ ਹਾਂ। ਇਹਨਾਂ ਨੂੰ ਚੀਜ਼ਾਂ ਨੂੰ ਨਵੀਂ ਟੈਕਨੋਲੋਜੀ ਡਿਵੈਲਪਮੈਂਟ ਕਰਨ ਵਾਸਤੇ ਜਾਂ ਨਵੇਂ ਲਿਆਉਣ ਵਾਸਤੇ ਇਨ ਨੀਡ ਲਾਟ ਕੈਪੀਟਲ ਇਨਵੈਸਟਮੈਂਟ, ਅਤੇ ਉਹ ਕਿੱਥੋਂ ਆਊਗੇ? ਉਹ ਇੰਡੀਆ ਵਾਲੇ ਫਾਰਮਰਾਂ ਕੋਲ ਹੈ ਨਹੀਂ। ਇੱਥੇ ਵੀ ਜਾਂ ਤਾਂ ਤੁਹਾਡੇ ਕੋਲ ਸੇਵਿੰਗ ਕੀਤੀ ਹੁੰਦੀ ਆ, ਜਾਂ ਤੁਹਾਨੂੰ ਬੈਂਕਾਂ ਵੀ ਇੱਥੇ ਚੰਗੇ ਲੋ ਰੇਟ 'ਤੇ ਇੰਟਰਸਟ ਦੇ ਦਿੰਦੀਆਂ। ਇੱਥੇ ਤਾਂ 2-3% ਇੰਟਰਸਟ ਆ, ਉੱਥੇ ਤਾਂ ਤੁਸੀਂ 10-12% ਤੁਸੀਂ ਦੇ ਕੇ ਕਿਵੇਂ ਤੁਸੀਂ ਯੂ ਕੈਨ ਨਾਟ ਸਰਵਾਈਵ। ਸੋ ਇਟ ਹੈਵ ਟੂ ਬੀ ਆਲ ਓਵਰ ਦੀ ਵਰਲਡ, ਨਾਟ 2-3% ਇੰਟਰਸਟ ਜੇ ਉਹਨਾਂ ਨੇ ਫਾਰਮਿੰਗ ਨੂੰ ਪ੍ਰਮੋਟ ਕਰਨਾ। ਫਾਰਮਿੰਗ ਤਾਂ ਤੁਹਾਡੀ ਮੇਨ ਲਾਈਫ ਲਾਈਨ ਆ, ਜੇ ਫਾਰਮਿੰਗ ਵਾਲੇ ਹੀ ਤੁਹਾਡੇ ਵਾਸਤੇ ਜੋ ਵੀ ਤੁਸੀਂ ਖਾਂਦੇ ਆ ਉਹ ਪ੍ਰੋਡਿਊਸ ਕਰਦੇ ਆ, ਹੋਰ ਉਸ ਉੱਤੋਂ ਨਹੀਂ ਡਿੱਗਦੇ, ਨਾ ਗੂਗਲ 'ਚੋਂ ਡਿੱਗਦੇ ਆ, ਨਾ ਵਟਸਐਪ ਤੋਂ ਡਿੱਗਦੇ ਆ। ਇਸ ਕਰਕੇ ਆਪਣੇ ਬਾਣੀ ਦੇ ਵਿੱਚ ਵੀ ਬਹੁਤ ਮੈਂਸ਼ਨ ਕੀਤਾ ਕਿ ਜਿਹੜੇ ਫਾਰਮਰ ਜਿਹੜੇ ਹੈਗੇ ਆ ਇਹ ਸਭ ਤੋਂ ਉੱਤਮ ਕੀਤਾ, ਕਿਉਂਕਿ ਇਹਦੇ 'ਚ ਬੜੀ ਓਨਸਟੀ ਵਾਲੀ ਵਰਕ ਹੁੰਦੀ ਆ, ਇਹਦੇ 'ਚ ਤੁਸੀਂ ਕੋਈ ਠੱਗੀ ਠੁੱਗੀ ਨਹੀਂ ਮਾਰ ਸਕਦੇ। ਹਾਂ, ਸਪੋਰਟ ਇਹਦੇ ਵਿੱਚ ਗੌਰਮੈਂਟ ਇੱਥੇ ਸਪੋਰਟ ਦਿੰਦੀ ਆ, ਅਤੇ ਮੈਂ ਇਹ ਕਹੂੰਗਾ ਸਾਨੂੰ ਇਹ ਵੀ ਨਹੀਂ ਚਾਹੀਦੀ ਜੇ ਸਾਨੂੰ ਇਹਨਾਂ ਦੀ ਪ੍ਰਾਈਸ ਸਹੀ ਮਿਲ ਜਾਵੇ, ਤਾਂ ਜੇ ਸਾਡੇ 'ਤੇ ਹੋਰ ਟੈਕਸ ਜ਼ਿਆਦਾ ਨਾ ਲੱਗਣ ਤਾਂ ਕਿਸੇ ਵੀ ਨੂੰ ਵੀ ਬੰਦੇ ਨੂੰ ਮੰਗਤਾ ਬਣਾਉਣ ਦੇ ਮੈਂ ਅਗੇਂਸਟ ਹਾਂ। ਆਹ ਡੋਨੇਸ਼ਨ ਦੇ ਦਿਓ, ਆਪਦੀ ਆਹ ਹੈਲਪ ਕਰ ਦਿਓ, ਨਹੀਂ ਨਹੀਂ, ਐਵਰੀਬਾਡੀ ਸ਼ੁੱਡ ਹੈਵ ਏ ਪ੍ਰਾਇਡ ਕਿ ਮੈਂ ਆਪਦੇ ਪੈਰਾਂ 'ਤੇ ਖੜ੍ਹ ਕੇ ਕੁਛ ਕਰੂੰਗਾ ਉੱਥੇ, ਇੱਥੇ ਵੀ ਅਤੇ ਇੰਡੀਆ ਵੀ। ਉਹਨਾਂ ਨੂੰ ਮੰਗਤੇ ਇਹਨਾਂ ਪੋਲੀਟੀਸ਼ੀਅਨਾਂ ਨੇ ਬਣਾਇਆ, ਅਤੇ ਜੇ ਸਾਨੂੰ ਸਾਡੀ ਫਸਲ ਦਾ ਪੂਰਾ ਮੁੱਲ ਮਿਲੂਗਾ ਜਾਂ ਕੋਈ ਗੱਲ ਹੋਊਗਾ ਜਾਂ ਅਸੀਂ ਉੱਥੇ ਲਾਵਾਂਗੇ, ਅਤੇ ਦੈਨ ਵੀ ਆਲਵੇਜ਼ ਬੀ ਸਕਸੈਸਫੁਲ, ਵੀ ਕੈਨ ਮੇਕ ਅਵਰ ਓਨ ਲਿਵਿੰਗ। ਬਾਰਡਰ 'ਤੇ ਬੈਠੇ ਕਿਸਾਨਾਂ, ਕਾਲੇ ਕਾਨੂੰਨਾਂ ਅਤੇ ਭਾਰਤੀ ਸਰਕਾਰ ਦੀਆਂ ਨੀਤੀਆਂ ਬਾਰੇ ਉਹਨਾਂ ਸਾਡੇ ਨਾਲ ਖੁੱਲ੍ਹ ਕੇ ਗੱਲ ਕੀਤੀ। ਅਸੀਂ ਜਾਣਨਾ ਚਾਹੁੰਦੇ ਸੀ ਕਿ ਇੰਡੀਅਨ ਐਗਰੀਕਲਚਰਲ ਸਿਸਟਮ ਅਤੇ ਅਮੈਰੀਕਨ ਐਗਰੀਕਲਚਰਲ ਸਿਸਟਮ ਦੀ ਆਪਸ ਵਿੱਚ ਤੁਲਨਾ ਕਰਨਾ ਉਚਿਤ ਹੈ? ਨੋ ਕੰਪੈਰੀਜ਼ਨ, ਕੋਈ ਕੰਪੈਰੀਜ਼ਨ ਨਹੀਂ ਬਣਦਾ। ਕਿਉਂ ਨਹੀਂ ਬਣਦਾ? ਕਿ ਇਹਨਾਂ ਦੀਆਂ ਜਿਹੜੀਆਂ ਹੋਰ ਕੰਡੀਸ਼ਨਾਂ ਇਜ਼ ਡਿਫਰੈਂਟ। ਨੰਬਰ 1 ਇਜ਼ ਅ ਪਾਪੂਲੇਸ਼ਨ, ਇਜ਼ ਅ ਲਾਰਡ ਪਾਪੂਲੇਸ਼ਨ ਓਵਰ ਦੇਅਰ, ਦਿਸ ਐਵਰੀ ਪਰਸਨ ਹੇਅਰ ਹੋਲਡ ਮੋਰ ਲੈਂਡ, ਓਕੇ। ਸੈਕਿੰਡ ਥਿੰਗ ਇਜ਼ ਅ ਲਾਰਡ ਗੌਰਮੈਂਟ ਹੈਲਪਸ ਓਵਰ ਦੇਅਰ
whatever they say, they never deliver. A third thing, ਇਹਨਾਂ ਕੋਲ ਸਾਡੇ ਕੋਲ ਇੱਥੇ ਇੰਨੀਆਂ ਜੋਬਸ ਹੈਗੀਆਂ ਨੰਬਰ ਵਨ ਕਿ ਜੇ ਮੈਂ ਫਾਰਮਿੰਗ ਨਹੀਂ ਕਰਨਾ ਚਾਹੁੰਦਾ ਤਾਂ ਮੇਰੇ ਕੋਲ ਮੈਂ ਕੋਈ ਵੀ ਇੱਥੇ ਜੋਬ ਕਰ ਲਵਾਂ ਤਾਂ ਮੇਰਾ ਗੁਜ਼ਾਰਾ ਹੁੰਦਾ ਉੱਥੇ ਕੋਈ ਜੋਬ ਨਹੀਂ ਕੋਈ ਗੁਜ਼ਾਰਾ ਹੋਰ ਕਿਸੇ ਚੀਜ਼ ਨਾਲ ਕਰ ਨਹੀਂ ਸਕਦੇ ਐਂਡ ਦ ਥਰਡ ਥਿੰਗ ਇਜ਼ ਅ ਲਿਮਿਟਡ ਵਟ ਦੇ ਕੈਨ ਗਰੋ ਜਿਹੜਾ ਗੌਰਮੈਂਟ ਨੇ ਉਹਨਾਂ ਨੇ ਕਿਸੇ ਚੀਜ਼ ਨੂੰ ਵੀ ਪ੍ਰਮੋਟ ਕਰਨਾ ਪਾਣੀ ਵਾਲੀ ਨੂੰ ਪ੍ਰਮੋਟ ਕਰਨਾ ਜਾਂ ਬਿਨਾਂ ਪਾਣੀ ਵਾਲੀ ਨੂੰ ਪ੍ਰਮੋਟ ਕਰਨਾ ਅਤੇ ਜਿਹੜੀ ਗੌਰਮੈਂਟ ਹੁੰਦੀ ਆ ਇਟ ਫਾਰ ਦ ਪੀਪਲ ਨਾਟ ਅ ਪੀਪਲ ਫਾਰ ਦ ਗੌਰਮੈਂਟ ਗੌਰਮੈਂਟ ਫਾਰ ਦ ਪੀਪਲ ਸੋ ਫਾਰ ਦ ਪੀਪਲ ਕਿ ਜਿਹੜੀ ਉਹਨਾਂ ਨੂੰ ਪ੍ਰੋਬਲਮ ਆ ਉਹਨਾਂ ਨੂੰ ਸੁਣਨ ਉਹਨਾਂ ਨੂੰ ਵੇਖਣ ਉਹਨਾਂ ਦਾ ਸਹੀ ਹੱਲ ਕੱਢਣ ਨਾ ਕਿ ਉਹਨਾਂ 'ਤੇ ਕੋਈ ਚੀਜ਼ ਡਿਕਟੇਟ ਕਰਨ ਨਾ ਇਹਨਾਂ ਨੇ ਕੋਈ ਉਹ ਸੁਣੇ ਆ ਨਾ ਇਹਨਾਂ ਨੇ ਕੋਈ ਉਹਨਾਂ ਦੀ ਸਲਾਹ ਲਈ ਆ ਜੇ ਉਹਨਾਂ ਦੀ ਸਲਾਹ ਲਈ ਹੋਈ ਤਾਂ ਇੰਨਾ ਸਾਰੇ ਹੁਣ ਇੰਡੀਆ ਉੱਥੇ ਉਲਟ ਹੋਇਆ ਪਿਆ ਉਹਨਾਂ ਦੇ ਉਹ ਫਿਰ ਵੀ ਬੋਲੇ ਹੋਏ ਆ ਓਕੇ ਉਹਨਾਂ ਨੂੰ ਸੁਣਨ ਦੀ ਲੋੜ ਆ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਸ ਤਰੀਕੇ ਨਾਲ ਉਹ ਹੱਲ ਕਰ ਸਕਦੇ ਆ ਉਸ ਤਰ੍ਹਾਂ ਕਰਨ ਦੀ ਲੋੜ ਆ ਅੱਗੇ ਵੀ ਜੇ ਤੁਸੀਂ ਪਿਛਲਾ ਅੱਜ 50-60 ਸਾਲ ਪਹਿਲਾਂ ਐਵਰੀਬਾਡੀ ਸੈਲਫ ਸਫੀਸ਼ੈਂਟ ਓਨਲੀ ਵਾਜ਼ ਥਿੰਕ ਵੀ ਵਾਜ਼ ਬਾਇੰਗ ਸਾਲਟ ਨਥਿੰਗ ਐਲਸ ਵੀ ਗਰੋ ਐਵਰੀਥਿੰਗ ਸੋ ਮੇ ਬੀ ਵੀ ਨੀਡ ਟੂ ਹੈਵ ਟੂ ਗੋ ਟੂ ਦ ਬੇਸਿਕ ਸੈਲਫ ਸਫੀਸ਼ੈਂਟ ਸੋ ਇਹਨਾਂ ਨੂੰ ਕਿਸੇ ਨੂੰ ਅਤੇ ਅੱਗੇ ਵੀ ਸਾਰੇ ਜਿਹੜੇ ਨਿੱਕੇ ਧੰਦੇ ਸੀ ਹਰ ਇੱਕ ਪਿੰਡ ਦੇ ਵਿੱਚ ਧੰਦੇ ਸੀ ਹਰ ਪਿੰਡ 'ਚ ਲੁਹਾਰ ਸੀ ਹਰ ਪਿੰਡ ਦੇ ਵਿੱਚ ਦਰਜੀ ਸੀ ਹਰ ਪਿੰਡ ਦੇ ਵਿੱਚ ਉਹ ਸੀ ਠੀਕ ਆ ਆਪਾਂ ਉਹਨਾਂ ਬੈਕਵਰਡ ਨਹੀਂ ਹੋ ਸਕਦੇ ਬਟ ਜੇ ਉਹ ਤੁਸੀਂ ਉਹਨਾਂ ਨੂੰ ਪ੍ਰਮੋਟ ਕਰੋਗੇ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਪ੍ਰਮੋਟ ਕਰੋਗੇ ਤਾਂ ਸਾਡੇ ਲੋਕ ਖੁਸ਼ ਰਹਿਣਗੇ ਜੇ ਖੁਸ਼ ਰਹਿਣਗੇ ਤਾਂ ਤੁਹਾਡਾ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਕੰਟਰੋਲ ਕਰਨ ਵਾਸਤੇ ਤੁਹਾਡਾ ਇੰਨਾ ਪੈਸਾ ਤੁਹਾਡਾ ਵੇਸਟ ਨਹੀਂ ਹੋਊਗਾ ਕਿੰਨੇ ਲੋਕ ਐਵਰੀ ਡੇ ਵੇਸਟਿੰਗ ਦੇਅਰ ਟਾਈਮ ਜਸਟ ਡਿਮਾਂਡਿੰਗ ਦੇਅਰ ਵਟ ਐਵਰ ਦੇਅਰ ਰਾਈਟਸ ਆਰ ਹਾਊ ਮੱਚ ਲੇਬਰ ਵੀ ਵੇਸਟ ਹਾਊ ਮੱਚ ਮਨੀ ਵੀ ਵੇਸਟਿੰਗ ਐਵਰੀ ਡੇ ਸੋ ਇਫ ਦੇ ਆਰ ਸਮਾਰਟ ਦੇ ਗਾਏ ਪੁੱਟ ਐਵਰੀਬਾਡੀ ਟੂ ਵਰਕ ਕਿਸੇ ਨਾਲ ਤੁਸੀਂ ਫੋਰਸਬਲੀ ਨਹੀਂ ਕਰਾ ਸਕਦੇ ਜੇ ਸਾਰਾ ਕੁਛ ਤੁਸੀਂ ਇੱਕ ਨੂੰ ਦੇ ਦਿਓਗੇ ਤਾਂ ਪਤਾ ਨਹੀਂ ਉਹਦੇ ਤਾਂ ਤੁਸੀਂ ਹਿਸਾਬ ਲਾ ਲਿਆ ਜੇ ਵੀ ਉਹਦਾ ਐਂਡ ਰਿਜ਼ਲਟ ਕੀ ਹੋ ਸਕਦਾ ਉਹਦੇ ਜਿਹੜਾ ਜਦੋਂ ਬੰਦਾ ਦੁਖੀ ਹੋਊਗਾ ਜਿਹਨੂੰ ਰੋਟੀ ਨਹੀਂ ਚਾਹੀਦੀ ਮਿਲਦੀ ਹੋਊ ਇੱਥੇ ਹਰ ਇੱਕ ਦੇ ਹੱਕਾਂ ਦੀ ਰਾਖੀ ਕੀਤੀ ਜਾਂਦੀ ਆ ਇੱਥੇ ਇੱਕ ਗਰੀਬ ਨੂੰ ਅਨਪਲੋਇਮੈਂਟ ਮਿਲਦੀ ਆ ਵੈਲਫੇਅਰ ਮਿਲਦਾ ਫੂਡ ਸੈਮ ਅਤੇ ਮਿਲਦਾ ਉਹਨੂੰ ਉਹਦੇ ਵਾਸਤੇ ਜਦੋਜਹਿਦ ਨਹੀਂ ਕਰਨੀ ਪੈਂਦੀ ਉਹਨੂੰ ਦਫ਼ਤਰਾਂ ਦੇ ਵਿੱਚ ਗੇੜੇ ਨਹੀਂ ਕੱਢਣੇ ਪੈਂਦੇ ਅਗਲਿਆਂ ਦੇ ਬੈਂਕ ਅਕਾਊਂਟ 'ਚ ਉਸੇ ਵੇਲੇ ਆ ਜਾਂਦੇ ਆਪਣਾ ਇੰਡੀਆ ਇਸ ਦੇ ਮੁਕਾਬਲੇ 'ਚ ਕਾਬਲ 'ਚ ਹੈ ਨਹੀਂ ਗਾ ਆਪਾਂ ਨੂੰ ਜਿਸ ਤਰ੍ਹਾਂ ਦੇ ਉੱਥੋਂ ਦੇ ਲੋਕਾਂ ਨੂੰ ਰੀਡ ਕਰੋ ਕਿ ਵਟ ਦੇ ਆਰ ਡਿਮਾਂਡ ਇਸ ਉਸ ਹਿਸਾਬ ਨਾਲ ਤੁਸੀਂ ਗੌਰਮੈਂਟ ਫਿਰ ਤੁਹਾਡਾ ਕੰਪੀਟੀਸ਼ਨ ਵਰਲਡ ਦੇ ਨਾਲ ਵੀ ਆ ਤੁਹਾਨੂੰ ਆਰਮੀ ਫੋਰਸ ਏਕਤਾ ਇਨਵੈਸਟਮੈਂਟ ਟੈਕਨੋਲੋਜੀ ਐਜੂਕੇਸ਼ਨ ਉਹਨਾਂ ਚੀਜ਼ਾਂ ਨੂੰ ਹੀ ਪ੍ਰਮੋਟ ਉਸ ਲੈਵਲ 'ਤੇ ਦੁਨੀਆ ਦੇ ਲੈਵਲ 'ਤੇ ਤੁਸੀਂ ਜਾ ਸਕੋ ਉਹ ਚੀਜ਼ਾਂ ਬਹੁਤ ਪ੍ਰਮੋਟ ਕਰਨੀਆਂ ਬੜੀ ਜ਼ਰੂਰੀ ਆ ਉਹਨਾਂ ਸਾਨੂੰ ਇਹ ਵੀ ਦੱਸਿਆ ਕਿ NRI ਹੋਣ ਦੇ ਨਾਤੇ ਉਹ ਪੰਜਾਬ ਅਤੇ ਇੰਡੀਆ ਦੇ ਖੇਤੀਬਾੜੀ ਅਤੇ ਪੋਲੀਟੀਕਲ ਸਿਸਟਮ ਬਾਰੇ ਕੀ ਸੋਚਦੇ ਨੇ ਬਾਹਰਲੇ ਜਿਹੜੇ ਲੋਕ ਆ ਜਿੰਨੇ ਵੀ NRI ਆ ਸਾਰੀ ਦੁਨੀਆ 'ਤੇ ਉਹਨਾਂ ਨੂੰ ਇੰਡੀਆ ਨਾਲ ਪੰਜਾਬ ਨਾਲ ਉੱਥੋਂ ਦੇ ਲੋਕਾਂ ਨਾਲ ਜਿੱਥੋਂ ਅਸੀਂ ਛੱਡ ਕੇ ਆਏ ਹਾਂ ਇਹਨਾਂ ਨੂੰ ਇਹ ਅੰਦਾਜ਼ਾ ਵੀ ਨਹੀਂ ਕਿ ਸਾਨੂੰ ਕਿੰਨਾ ਪਿਆਰ ਆ ਦੇ ਕਹਿਣਾ ਇਹ ਕਲੇਮ ਇਹ ਤਾਂ ਸਿਰਫ ਵੋਟਾਂ ਦੀ ਗੇਮ ਕਰਕੇ ਅਤੇ ਕਦੇ ਜਿਵੇਂ ਸਟ੍ਰਾਈਕ ਕਰਨ ਵਾਲਿਆਂ 'ਤੇ ਕਦੇ ਉਹਨਾਂ ਨੂੰ ਖਾੜਕੂ ਬਣਾ ਦਿੰਦੇ ਆ ਕਦੇ ਉਹਨੂੰ ਪਾਕਿਸਤਾਨ ਦੇ ਬਣਾ ਦਿੰਦੇ ਆ ਇਹ ਜਿਹੜੇ ਸਭ ਤੋਂ ਜ਼ਿਆਦਾ ਪੈਸਾ ਬਾਹਰਲੇ ਘੱਲਦੇ ਆ ਕਦੇ ਉਹਨਾਂ ਨੂੰ ਜੇ ਤਾਂ ਇਹਨਾਂ ਦੇ ਨਾਲ ਰਲ ਜਾਓ ਜੇ ਤਾਂ ਕੁੱਤੀ ਚੋਰ ਨਾਲ ਰਲ ਜਾਂਦੀ ਆ ਫਿਰ ਤਾਂ ਉਹ ਕੁੱਤੀ ਸਹੀ ਆ ਅਤੇ ਜੇ ਉਹ ਕੁੱਤੀ ਚੋਰ ਨੂੰ ਭੌਂਕਦੀ ਆ ਤਾਂ ਫਿਰ ਉਹਨੂੰ ਗੋਲੀ ਮਾਰ ਦਿੰਦੇ ਸੋ ਇਹੋ ਹੀ ਇਹ ਇਹਨਾਂ ਦੀ ਗੱਲ ਆ ਇਹਨਾਂ ਦੇ ਪੋਲੀਟੀਸ਼ੀਅਨ ਇਹ ਬਹੁਤ ਘਟੀਆ ਕੁਆਲਿਟੀ ਦੇ ਪੋਲੀਟੀਸ਼ੀਅਨ ਆ ਇਹ ਦੂਜਿਆਂ ਨੂੰ ਭੰਨ ਭੰਨ ਕੇ ਵੀ ਉਵੇਂ ਲਿਆਉਂਦੇ ਵੀ ਤੂੰ ਸਾਡੀ ਪਾਰਟੀ 'ਚ ਆ ਜਾ ਭਾਵੇਂ ਤੂੰ ਡਾਕੂੰਗਾ ਫਿਰ ਤੈਨੂੰ ਸਾਧ ਬਣਾ ਦਿਆਂਗੇ ਸਾਧ ਇਉਂ ਨਹੀਂ ਬਣਦੇ ਉਹ ਸਾਰੇ ਪਿਛਲੀਆਂ ਗੱਲਾਂ ਨਾਲ ਹੀ ਬਣਦੇ ਆ ਅਤੇ ਇਟਸ ਵੈਰੀ ਡਰਟੀ ਪੋਲੀਟਿਕਸ ਆਈ ਥਿੰਕ ਵੀ ਨੀਡ ਨਿਊ ਲੀਡਰਸ ਨੰਬਰ ਵਨ ਅਤੇ ਲੀਡਰ ਵੀ ਉਹ ਹੋਣੇ ਚਾਹੀਦੇ ਆ ਜਿਹੜਾ ਉਹਨਾਂ ਦੀ ਚੋਣ ਇਸ ਤਰ੍ਹਾਂ ਹੋਣੀ ਚਾਹੀਦੀ ਜਿਹੜੇ ਇਕੱਲਾ ਆਪਦਾ ਨਾ ਸੋਚਣ ਉਹ ਲੋਕਾਂ ਦਾ ਵੀ ਸੋਚਣ ਓਕੇ ਉਹ ਸਾਡੇ ਜੇ ਸਾਡਾ ਧਰਮ ਸਾਨੂੰ ਸਭ ਕੁਝ ਦੱਸਦਾ ਧਰਮ ਉਹਦੇ ਵਿੱਚ ਪਹਿਲਾਂ ਹੋਵੇ ਅਤੇ ਫਿਰ ਉਹ ਗਲਤ ਕੰਮ ਵੀ ਨਹੀਂ ਕਰਦਾ ਜੇ ਧਰਮ 'ਤੇ 100% ਹੋਊਗਾ ਗਲਤ ਕੰਮ ਵੀ ਨਹੀਂ ਕਰੂਗਾ ਇਹ ਤਾਂ ਨਾ ਧਰਮ ਵੱਲ ਹੁੰਦੇ ਆ ਨਾ ਦੂਜੇ ਵੱਲ ਹੁੰਦੇ ਜਿਹੜੇ ਸਨ ਵਿਚਾਲੇ ਵਾਲੇ ਹੁੰਦੇ ਉਹ ਸਭ ਤੋਂ ਜ਼ਿਆਦਾ ਨੁਕਸਾਨ ਕਰਦੇ ਆ ਕੱਪੜੇ ਤਾਂ ਉਹਨਾਂ ਦੇ ਧਰਮ ਵਾਲੇ ਹੁੰਦੇ ਆ ਪਰ ਵਿੱਚੋਂ ਨਹੀਂ ਹੁੰਦੇ ਉਹ ਇਹੋ ਤਾਂ ਵੱਡੀ ਬਿਮਾਰੀ ਆ ਹੁਣ ਸਾਡੇ ਮੈਂ ਤਾਂ ਇਹ ਕਹੂੰਗਾ ਕਿ ਜਿਹੜੇ ਯੰਗ ਮੁੰਡੇ ਆ ਅਤੇ ਕੁੜੀਆਂ
ਉਹ ਜਿਹੜੇ ਪੂਰੇ ਐਜੂਕੇਟਡ ਆ, ਜਿਹੜੇ ਵਰਲਡ ਦੀ ਵੀ ਜਾਣਕਾਰੀ ਰੱਖਦੇ ਆ, ਦੂਜਿਆਂ ਸਾਰਿਆਂ ਦੀ ਵੀ ਜਾਣਕਾਰੀ ਰੱਖਦੇ ਆ, ਉਹਨਾਂ ਨੂੰ ਲੀਡ ਲੈਣੀ ਚਾਹੀਦੀ ਆ। ਡਿਟੀਰੀਅਰੇਟ ਤਾਂ ਹੈਗੀ ਆ ਵੀ ਕਿ ਸਾਡੇ ਵਿੱਚ ਉਹ ਡੈਡੀਕੇਸ਼ਨ ਹੈ ਨਹੀਂ। ਜਿਹੜਾ ਇੱਕ ਪੋਲੀਟੀਸ਼ੀਅਨ ਹੁੰਦਾ ਜਾਂ ਕੋਈ ਮੰਤਰੀ ਬਣ ਜਾਂਦਾ ਜਾਂ ਕੋਈ ਪਿੰਡ ਦਾ ਸਰਪੰਚ ਵੀ ਬਣ ਜਾਂਦਾ, ਉਹਦੀ ਜੇ ਤੁਸੀਂ ਉਹਨੂੰ ਉਹਦੀਆਂ ਰਾਈਟਸ ਅਤੇ ਉਹਦੀਆਂ ਡਿਊਟੀਆਂ ਜਿਸ ਨੂੰ ਚੰਗੀ ਤਰ੍ਹਾਂ ਅਤੇ ਉਹਦੇ 'ਤੇ ਪੂਰੇ ਉਤਰੋਂ, ਉਹਨਾਂ ਦਾ ਕੰਮ ਪਿੰਡ ਵਾਸਤੇ ਪਿੰਡ ਤੋਂ ਲੈ ਲਓ, ਇੱਕ ਪੂਰਾ ਸਾਰੇ ਕੰਮ ਕਰਨਾ, ਉਹਨਾਂ ਦੀਆਂ ਡਿਮਾਂਡ ਲੋਕਾਂ ਦੀਆਂ ਹੈਲਪ ਕਰਨ ਦੀ ਉਹਨਾਂ ਨੂੰ ਲੋੜ ਆ, ਅਤੇ ਜੇ ਕੋਈ ਗਲਤ ਕੰਮ ਕਰਦਾ ਤਾਂ ਉਹਨੂੰ ਮੇਨਟੇਨ ਅਤੇ ਪਨਿਸ਼ਮੈਂਟ ਅਤੇ ਉੱਧਰ ਵੀ ਕੰਟਰੋਲ ਕਰਨ ਦੀ ਲੋੜ ਆ। ਇਉਂ ਨਹੀਂ ਵੀ ਤੁਸੀਂ ਜਿਹੜੇ ਹੁਣ ਦੇ ਪੋਲੀਟੀਸ਼ਨਾਂ ਨੇ ਉਹਨਾਂ ਨੇ ਤਾਂ ਝੂਠੇ ਹੀ ਲੱਕ ਮੰਨ ਲਿਆ ਕਿ ਜਦੋਂ ਇਲੈਕਸ਼ਨ ਜਿੱਤਣੇ ਆ ਜੋ ਮਰਜ਼ੀ ਵਾਅਦੇ ਕਰ ਲਓ, ਜੋ ਮਰਜ਼ੀ ਗੱਲਾਂ ਕਰ ਦਿਓ ਅਤੇ ਲੋਕਾਂ ਨੂੰ ਭਰਮਾ ਲਓ, ਅਤੇ ਉਦੋਂ ਬਾਅਦ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਗੀ। ਦੈਟਸ ਦੇਅਰ ਐਟੀਟਿਊਡ, ਸੋ ਦੇ ਨੀਡ ਟੂ ਲਿਸਨ ਦੀ ਪਬਲਿਕ ਆਲ ਦਾ ਟਾਈਮ। ਉਹਨਾਂ ਦੀਆਂ ਗੱਲਾਂ ਵਿੱਚ ਜਿੱਥੇ ਭਾਰਤੀ ਲੀਡਰਾਂ ਅਤੇ ਪੋਲੀਟੀਕਲ ਸਿਸਟਮ ਪ੍ਰਤੀ ਕਾਫੀ ਚਿੰਤਾ ਝਲਕ ਰਹੀ ਸੀ, ਉੱਥੇ ਹੀ ਨਵੇਂ ਲੀਡਰਾਂ ਦੇ ਪੈਦਾ ਹੋਣ ਅਤੇ ਸਿਸਟਮ ਦੇ ਬਦਲਣ ਦੀ ਇੱਕ ਉਮੀਦ ਵੀ ਦਿਸ ਰਹੀ ਸੀ। ਵੇਖੋ, ਇਹ ਵੀ ਮੈਂ ਬਿਲੀਵ ਕਰਦਾ ਕਿ ਸਾਰੀ ਡੋਰੀ ਜਿਹੜੀ ਆ ਇਹ ਪਰਮਾਤਮਾ ਦੀ ਖੇਡ ਹੈ। ਆਈ 100% ਬਿਲੀਵ, ਬਟ ਯੂ ਹੈਵ ਟੂ ਡੂ ਲਾਟ ਆਫ ਸਟਰਗਲ। ਸਾਡੇ ਕਿਹੜੇ ਗੁਰੂਆਂ ਨੇ ਸਟਰਗਲ ਨਹੀਂ ਕੀਤੀ, ਸੀਸ ਵੀ ਦਿੱਤੇ, ਲੋਕਾਂ ਨੂੰ ਕਰਕੇ ਵੀ ਵਿਖਾਇਆ। ਸ਼ਾਇਦ ਅਜੇ ਸਾਡਾ ਜਿਹੜਾ ਅਸੀਂ ਸਿਦਕ ਆ ਉਹ ਅਜੇ ਅਤੇ ਜਿਹੜੀ ਸਾਡੀ ਉਹ ਭਗਤੀ ਪੂਰੀ ਨਹੀਂ ਹੋਈ। ਅਖੀਰ ਸੱਚ ਦੀ ਅਤੇ ਮਿਹਨਤ ਕਸ਼ਾਂ ਦੀ ਅਤੇ ਗਰੀਬਾਂ ਦੀ ਹੀ ਜਿੱਤ ਹੋਊਗੀ। ਚਾਹੇ ਹਿਸਟਰੀ ਤੁਸੀਂ ਪੜ੍ਹ ਲਓ, ਰਾਗ ਦੀ ਪੜ੍ਹ ਲਓ, ਜਾਂ ਹੋਰ ਕਿਸੇ ਤਾਨਾ ਸ਼ਾਹ ਦੀ ਪੜ੍ਹ ਲਓ, ਜਾਂ ਜਰਮਨ ਵਾਲਿਆਂ ਦੀ ਪੜ੍ਹ ਲਓ, ਅਖੀਰ ਉਹਨਾਂ ਦਾ ਸਤਿਆਨਾਸ਼ ਹੀ ਹੋਇਆ। ਦੇ ਨੀਡ ਟੂ ਥਿੰਕ ਅਬਾਊਟ ਦੈਟ। ਖੇਤਾਂ ਦੀ ਸੈਰ ਕਰਨ ਤੋਂ ਬਾਅਦ ਉਹਨਾਂ ਸਾਨੂੰ ਆਪਣਾ ਹਾਊਸਿੰਗ ਡਿਵੈਲਪਮੈਂਟ ਪ੍ਰੋਜੈਕਟ ਵੀ ਵਿਖਾਇਆ। ਇਹ ਮੇਰੀ ਹਾਊਸਿੰਗ ਡਿਵੈਲਪਮੈਂਟ ਆ ਜੀ। ਇਹ ਸਿਟੀ ਇਜ਼ ਦਾ ਸਲਮਾ ਅਤੇ ਆਈ ਸਟਾਰਟ ਇਨ 2012। ਇੱਥੇ ਉਸ ਵੇਲੇ ਇਹ ਕਿਸੇ ਹੋਰ ਕੰਪਨੀ ਘਰਾਂ ਦੀ ਬੂਮ ਸੀ ਉਦੋਂ ਪਹਿਲਾਂ 2003-04 ਦੇ ਵਿੱਚ। ਇੱਥੇ ਇਟ ਟੇਕਸ ਲੋਂਗ ਟਾਈਮ ਕਿ ਉਹਨਾਂ ਦੀ ਪਰਮਿਸ਼ਨ ਲੈਣੀ, ਉਹਨਾਂ ਦੇ ਬਲੂ ਪ੍ਰਿੰਟ ਲੈਣੇ, ਸਾਰੇ ਰਿਕਮੈਂਡੇਸ਼ਨ ਇਨਫਰੈਂਸ ਕਰਨਾ, ਉਹ ਕਰਦਿਆਂ ਕਰਾਉਂਦਿਆਂ ਨੂੰ ਅਤੇ ਜਦੋਂ ਘਰਾਂ ਦਾ ਸਲੰਪ ਆ ਗਿਆ 7-8 ਦੇ ਵਿੱਚ ਅਤੇ ਘਰ ਵੇਖਣੇ ਬੰਦ ਹੋ ਗਏ ਅਤੇ ਉਸ ਇਹ ਬੈਂਕਰਸ ਵਿੱਚ ਚਲੀ ਗਈ ਸੀ। ਦੈਨ ਆਈ ਬੌਟ ਫਰੋਮ ਦੇ ਬੈਂਕਰਪ ਸੀ। ਫਿਰ ਮੈਂ ਆਈ ਮੇਡ ਅਲੱਗ ਇਹ ਬੰਚ ਆਫ ਫੇਜ਼ਿਸ, ਬਟ ਹਾਊਸਿੰਗ ਓਨਲੀ ਦਿਸ ਸਾਈਡ ਹੈਵ 157 ਹਾਊਸਿਸ। ਸੋ ਇਨ ਦ 3 ਫੇਜ਼ਿਸ, ਫਸਟ ਆਈ ਮੇਡ 40, ਦੈਨ 62, ਦੈਨ 52, ਸੋ ਆਨ, ਐਂਡ ਹੈਵ ਏ ਕਮਰਸ਼ੀਅਲ ਪ੍ਰਾਪਰਟੀ, ਹੈਵ ਏ ਕੰਡੋਮੀਨੀਅਮ ਪ੍ਰਾਪਰਟੀ, ਇਟਸ ਆਲ ਡਿਫਰੈਂਟ ਕਾਇੰਡ ਆਫ ਜ਼ੋਨਿੰਗ ਆਈ ਮੇਡ ਏ। ਪਰ ਇਹਦੇ 'ਚ ਇਸ ਵੇਲੇ 102 ਆਲਰੇਡੀ ਇਸਟੈਬਲਿਸ਼। ਸੱਚਮੁੱਚ ਹੀ ਇਹ ਹਾਊਸਿੰਗ ਡਿਵੈਲਪਮੈਂਟ ਪ੍ਰੋਜੈਕਟ ਬੜੀ ਹੀ ਮਿਹਨਤ ਅਤੇ ਸਮਝ ਬੂਝ ਨਾਲ ਉਲੇਕਿਆ ਗਿਆ ਕਾਰਜ ਹੈ, ਜਿੱਥੇ ਅਲੱਗ ਅਲੱਗ ਕਮਿਊਨਿਟੀ ਦੇ ਲੋਕ ਰਹਿੰਦੇ ਨੇ। ਮੈਕਸੀਕਨ ਵੀ ਆ, ਸਾਰੇ ਅਮੈਰੀਕਨ ਕਹਿ ਲਓ ਤੁਸੀਂ, ਪਰ ਆਪਣੇ ਪੰਜਾਬੀਆਂ ਨੇ ਇੱਥੇ ਜ਼ਿਆਦਾ ਲਏ ਆ, ਕਿਉਂਕਿ ਉਹਨਾਂ ਦੇ ਇਸ ਪ੍ਰਾਪਰਟੀ ਦੇ ਮੇਰੇ ਦੋਵੇਂ ਪਾਸੇ ਹੀ ਗੁਰਦੁਆਰਾ ਸਾਹਿਬ ਆ। ਮੇਰੇ ਈਸਟ ਵਾਲੇ ਪਾਸੇ ਰਵੀਦਾਸ ਗੁਰਦੁਆਰਾ, ਮੇਰੇ ਇੱਧਰ ਵੈਸਟ ਵਾਲੇ ਪਾਸੇ ਸਾਡਾ ਬਹੁਤ ਪੁਰਾਣਾ ਸਲਮਾ ਗੁਰੂ ਘਰ ਆ, ਵਿੱਚ ਇਜ਼ ਵੈਰੀ ਬਿਗ। ਸੋ ਜਿਹੜੇ ਇੱਥੇ ਗ੍ਰੰਥੀ ਵੀ ਰਹਿ ਰਹੇ ਜਾਂ ਉੱਥੇ ਉਹਨਾਂ ਦੇ ਸ਼ਰਧਾਲੂ ਵੀ ਰਹਿ ਰਹੇ ਆ, ਅਤੇ ਖਾਸ ਕਰਕੇ ਸਭ ਤੋਂ ਬੈਨੀਫਿਟ ਇਹ ਆ ਕਿ ਤੁਸੀਂ ਬਜ਼ੁਰਗਾਂ ਨੂੰ ਵੀ ਉਹ ਤੁਰ ਕੇ ਵੀ ਚਲੇ ਜਾ ਸਕਦੇ, ਨਾਲ ਆਪਦੇ ਪੋਤੇ ਪੋਤੀਆਂ ਨੂੰ ਵੀ ਲੈ ਜਾਂਦੇ ਆ, ਅਤੇ ਹੋਪ ਕਰਦੇ ਹਾਂ ਕਿ ਇਹਦੇ ਨਾਲ ਆਪਣੀ ਸਿੱਖੀ ਦੀ ਜਿਹੜੀ ਆ ਉਹ ਤਾਰ ਜੁੜੀ ਰਹੇ ਅਤੇ ਜਾਂਦੀ ਰਹੇ ਅਤੇ ਫੈਮਿਲੀਆਂ ਬਣਦੀਆਂ ਰਹਿਣ, ਅਤੇ ਉਹਨਾਂ ਨੂੰ ਇਹ ਬਹੁਤ ਵੱਡੀ ਸੁਵਿਧਾ ਹੈਗੀ ਆ ਜੀ। ਗੱਲਾਂ ਗੱਲਾਂ ਵਿੱਚ ਉਹਨਾਂ ਆਪਣੀ ਤੁਲਨਾ ਘਾਹ ਨਾਲ ਕਰਕੇ ਆਪਣੀ ਨਿਮਰਤਾ ਅਤੇ ਹਲੀਮੀ ਦਾ ਪ੍ਰਗਟਾਵਾ ਵੀ ਕੀਤਾ। ਮੈਂ ਤਾਂ ਇਹ ਗੱਲ ਕਹਿੰਦਾ ਵੀ ਅਸੀਂ ਸਾਰੇ ਜੱਟ ਇੱਕੋ ਹੀ ਹੁੰਦੇ ਹਾਂ, ਜੱਟ ਭੋਲੇ ਵੀ ਹੁੰਦੇ ਆ, ਮਿਹਨਤੀ ਬੜੇ ਹੁੰਦੇ ਹਾਂ, ਅਤੇ ਅਸੀਂ ਤਾਂ ਕਹਿ ਲਿਆ ਵੀ ਅਸੀਂ ਜੱਟ ਜਿਹੜੇ ਹੈਗੇ ਆ ਉਹ ਜਿਹੜੇ ਕਹਿੰਦੇ ਆ ਬੁੱਜੜ ਘਾਹ ਵਰਗੇ ਹੁੰਦੇ ਹਾਂ, ਜਿੱਥੇ ਵੀ ਸਿੜਦੇ ਉੱਥੇ ਹੀ ਇਹ ਆਪਣੀਆਂ ਜੜ੍ਹਾਂ ਪਸਾਰ ਲੈਂਦੇ ਹਾਂ। ਇੱਥੇ ਸਾਡੇ 'ਤੇ ਛੋਟੀ ਬੋਟੀ ਪਾਣੀ ਦੀ ਘਾਟ ਦਾ ਜਾਂ ਮੁਸੀਬਤਾਂ ਦਾ ਉਹਦੇ ਨਾਲ ਐਨਾਲੋਜੀ ਮੈਂ ਦੇਈ ਜਾਵਾਂ, ਉਹਨਾਂ ਦਾ ਅਸਰ ਘੱਟ ਹੀ ਹੁੰਦਾ, ਅਤੇ ਅਸੀਂ ਉਹਨਾਂ ਤੋਂ ਬੜੇ ਵਿਸਟਰਬਣ ਹੁੰਦੇ ਹਾਂ। ਇਸ ਕਰਕੇ ਮੈਂ ਉੱਥੇ ਸਾਰੇ ਕੰਮ ਕੀਤੇ, ਵਾਢੀਆਂ ਗੋਡੀਆਂ, ਮੈਂ ਆਮ
जनरेशन ऑफ द फार्मर्स, पशु भी चारे आ, छप्पड़ा च भी नहाते हैं, सब कुछ की है। तो बी एस सी भी की है मैं बैक इन 69 के नॉन मैडिकल दी, पर मैं इतने आके फायदा दिता। तो फायदा तो तुम सारी उम्र ही दी जी एजुकेशन नेवर गोज़ आउट फ्रॉम योर हैड। तो उन्होंने इतों होर भी दुनिया बहुत वड्डी, मैं ये नहीं कहता कि मैं हैगा, पर मैं जिन्नी कि मेरी हसीयत है परमात्मा ने उदू मैं कई गुणा ज़्यादा दिता, बट आई बिलीव इन गाड। हर इंसान की कामयाबी विच परिवार का भी रोल होंदा है। असी सरदार अजीत सिंह जी तो उन्होंने परिवार बारे पूछया ते जानिया कि वह किस तरह तुहाडे बिजनेस विच हेल्प करते ने। देखो जी, मेरिया दो बेटियां ते एक बेटा, दे ऑल एजुकेटेड, ते आई हैव ग्रैंड किड्स टू फ्रॉम डॉटर साइड एंड एज वेल सन साइड। सो ये मेरा परिवार है जी, इतने वी होप फॉर गुड। सरदार अजीत सिंह गिल जिथे अपने बच्चों ते परिवार दे राह दसेरे ने, उथे ही सब तो वड्डे सपोर्टर भी ने। इस गल का एहसास सानू उन्हां दे बच्चों नाल गल करके होया। उन्होंने सानू बचपन दियां यादां, स्कूल, खेडां ते शरारतां बारे कुछ इस तरह दसिया। माय नेम इज सनी गिल और अमृतपाल गिल। We're here to talk about my father, Ajit Singh Gill. Dad actually remained, Dad always kam karta si, he was constantly busy. Jadon chote hunde si, look machai khelde hunde si actually when we got a chance. So we used to like playing hide and go seek or tag with my father, go out to the park, have picnics and just run around outside. But I mean, I learned a lot from my father. One of the greatest work ethics, I would say, my dad has. I started going to college on and off during the 15 saal dasi. So after that, my dad kind of just gave me free rein that I was, I was going to school, going to colleges by myself and doing whatever I was doing. So it was just a time haga to make sure that we work with the family business and just remember your family is your priority. Everything you do, jada kam karde hain ja hor kuch karde hain parivar waste hi karde hain. Where when everything's said and done 10-20 years from now, that's what's going to remain your constant priority. And some people get off track, but that should remain your constant priority. Hanji, sat sri akal, mera naam Sandeep hai te main 17 सालों तो इस फैमिली दे विच आ, ते मैं बहुत खुश हाँ। मेरे फादर इन लॉ बहुत ही हार्ड वर्कर ने, ते उन्हां दी कम्यूनिटी च बहुत रिस्पैक्ट आ। वी जस्ट लव हिम एंड वी आर नथिंग विदाउट हिम एंड आई विश ही लिव लोंग लाइफ। एंड बहुत मेहनती ने, असीं उन्हां तो बहुत कुछ सीखते हाँ, ते मैं उन्हां दा बहुत सत्कार करदी हाँ। ही इज़ नंबर वन in the whole world, I can say that. And he's hard worker, he has a good family life, he loves their kids, and we sacrifice for one and other. If I have something happen to me, he always around me. If anything happened to him, so I always with his side. He always take care about his family and also others too, who need any time help. So this is a good enough quality. I can say that he can help anybody. And this is because he's hard work, he earn enough, he can distribute his earning to needy peoples. Sardar ji, meri sari jindagi thode likhi. Tusi mere layi jo kuch kita, koi hor kar nahi sakda. I can say thank you very much. ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਕੁਝ ਐਸਾ ਹੀ ਪਿਆਰ ਸਰਦਾਰ ਅਜੀਤ ਸਿੰਘ ਗਿੱਲ ਹੋਰਾਂ ਦਾ ਆਪਣੀਆਂ ਗ੍ਰੈਂਡ ਡਾਟਰਸ ਲਈ ਵੀ ਹੈ। ਜਦੋਂ ਅਸੀਂ ਉਹਨਾਂ ਦੀਆਂ ਗ੍ਰੈਂਡ ਡਾਟਰਸ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਖਣਕਦੇ ਹਾਸੇ ਅਤੇ ਪਿਆਰੀਆਂ ਗੱਲਾਂ 'ਚੋਂ ਦਾਦਾ ਦਾਦੀ ਜੀ ਲਈ ਵੀ ਮੋਹ ਦੇ ਅਹਿਸਾਸ ਡੁੱਲ ਪੈ ਰਹੇ ਸਨ। Grandpa is very friendly. You go to his house and he gives you these great big hugs. And then he's so nice. Because then
He lets you get whatever chips you want. Well, first of all, we love you, and you're great. You're awesome. You're amazing. Keep working super hard. Thank you for all the work. We love you, Grandpa. AC Vaiguru da ot asara leke. ਆਪਣੀ ਮਿਹਨਤ ਨਾਲ ਮੰਜ਼ਲਾ ਸਰ ਕਰਨ ਵਾਲੇ ਸਰਦਾਰ ਅਜੀਤ ਸਿੰਘ ਗਿੱਲ ਹੋਰਾਂ ਦੇ ਉੱਦਮ ਦੀ ਕਹਾਣੀ, ਜਿਨ੍ਹਾਂ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਵਿਦੇਸ਼ੀ ਧਰਤੀ ਤੇ ਬਣਾਏ ਕਾਮਯਾਬੀ ਦੇ ਨਵੇਂ ਦਸਹੱਦੇ। ਤੁਸੀਂ ਵੀ ਆਪਣੀ ਕਹਾਣੀ ਕਰ ਸਕਦੇ ਹੋ ਸਾਡੇ ਨਾਲ ਸਾਂਝੀ ਤੇ ਬਣ ਸਕਦੇ ਹੋ ਹਿੱਸਾ ਪ੍ਰੋਗਰਾਮ ਮੇਰੀ ਕਹਾਣੀ ਮੇਰੀ ਜ਼ੁਬਾਨੀ ਦਾ। ਕੰਟੈਕਟ ਅਸ ਔਨ info@justbroadcasting.com।